ਖਾਂਦੇ ਨੇ ਬਰੈਡਾ ਖਾਲੀ ਬੰਦਿਆਂ ਦੇ ਪਾਟੇ ਕੁੱਤੇ ਖਾਂਦੇ ਨੇ ਬਰੈਡਾ ਖਾਲੀ ਬੰਦਿਆਂ ਦੇ ਪਾਟੇ ਮਤਲਬ ਵੀ ਲੋਕ ਕੁੱਤਿਆਂ ਨੂੰ ਇੰਨੀ ਜ਼ਿਆਦਾ ਤਰਜੀਹ ਦਿੰਦੇ ਸਿਨਮੇ ਚ ਦੇਖ ਕੁੱਤੀ ਹਸ਼ਰ ਨੇ ਧੂਮਾਂ ਬਚਾਤੀਆਂ ਸੀ ਉਹ ਗਾਣੇ ਦੇ ਕੱਲੇ ਕੱਲੇ ਅੰਤਰੇ ਇੰਨੇ ਵਧੀਆ ਸੀਗੇ ਕਿ ਹਰ ਅੰਤਰੇ ਦੇ ਵਿੱਚ ਮਾਨ ਸਾਹਿਬ ਨੇ ਦੁਨੀਆਂ ਦੀ ਸੱਚਾਈ ਬਿਆਨ ਕੀਤੀ ਸੀ ਆਓ ਅੱਜ ਤੁਹਾਨੂੰ ਗਾਣੇ ਦੇ ਨਾਲ ਅਸੀਂ ਰੂਬਰੂ ਕਰਾਉਂਦੇ ਹਾਂ ਉੱਚੀਆਂ ਇਮਾਰਤਾਂ ਜਿਹੜਾ ਕਿ ਗਾਣਾ ਤੁਸੀਂ ਤਕਰੀਬਨ 14-15 ਸਾਲ ਪਹਿਲਾਂ ਸੁਣਿਆ ਹੋਣਾ ਹੈ ਆ ਜੋ ਅੱਜ ਉਸ ਗਾਣੇ ਦੀਆਂ ਕੁਝ ਯਾਦਾਂ ਆਪਾਂ ਰਿਐਕਸ਼ਨ ਦੇ ਰੂਪ ਦੇ ਵਿੱਚ ਤਾਜ਼ਾ ਕਰੀਏ ਕਰੀਏ ਬਾਈ ਸ਼ੁਰੂ ਜਿਹਨੂੰ ਪਰਮਾਤਮਾ ਨੇ ਹੱਥ ਪੈਰ ਸੋਝੀ ਸਭ ਬਖਸ਼ਿਆ ਤੇ ਉਹ ਵਿਚਾਰਾ ਭੁੱਖਾ ਮਰਦਾ ਹੁੰਦਾ ਉਹ ਚੀਜ਼ ਕਿੰਨੀ ਵਧੀਆ ਚੀਜ਼ ਲਿਖੀ ਹੈ ਨਾ ਦੇਖ ਲਓ ਮਤਲਬ ਕਿੱਦਾਂ ਕੁੱਤੇ ਨਾਲ ਕੰਪੇਅਰ ਕਰਦਾ ਅੱਜ ਕੱਲ੍ਹ ਇਨਸਾਨ ਨੂੰ ਉਹ ਚੀਜ਼ਾਂ ਮਤਲਬ ਕਹਿਣ ਦਾ ਭਾਵ ਆ ਮਾਨ ਸਾਹਿਬ ਦਾ ਵੀ ਇਨਸਾਨ ਦੀ ਹਾਲਤ ਕੁੱਤੇ ਨਾਲੋਂ ਵੀ ਬਦਤਰ ਹੋਈ ਹੋਈ ਆ ਅੱਜ ਕੱਲ੍ਹ ਤੁਸੀਂ ਦੇਖਿਆ ਕਿ 14-15 ਸਾਲ ਪਹਿਲਾਂ ਮਾਨ ਸਾਹਿਬ ਨੇ ਗੱਲਾਂ ਕਹੀਆਂ ਸੀ ਤੇ ਉਸ ਟਾਈਮ ਵੀ ਹਾਲ ਸੀ ਤੇ ਹੁਣ ਤੇ ਉਸ ਤੋਂ ਜ਼ਿਆਦਾ ਬਹੁਤ ਜ਼ਿਆਦਾ ਉਦੋਂ ਵੀ ਕਿਹਾ ਹੁਣ ਤਾਂ ਅੱਜ ਕੱਲ੍ਹ ਲੋਕ ਵਪਾਰ ਕਰਨ ਲੱਗੇ ਕੁੱਤਿਆਂ ਦਾ ਉਹਨਾਂ ਦਾ 5,000-10,000 ਏਦਾਂ ਲੱਖ 2-2 ਲੱਖ ਅੱਜ ਕੱਲ੍ਹ ਸ਼ੌਂਕ ਨੂੰ ਰੱਖਦੇ ਆ ਪਹਿਲਾਂ ਰਖਵਾਲੀ ਵਾਸਤੇ ਰੱਖਦੇ ਕੁੱਤੇ ਨੂੰ ਅੱਜ ਕੱਲ੍ਹ ਸ਼ੌਂਕ ਲਈ ਰੱਖਦੇ ਆ ਚਲੋ ਦੇਖਦੇ ਅੱਗੇ ਮਾਨ ਸਾਹਿਬ ਕੀ ਕਹਿੰਦੇ ਆ ਕਿਆ ਸਵਾਲ ਕਰਦੇ ਆ ਬੱਤੀ ਲਾਲ ਦੀ ਗੱਲ ਕਰਦੇ ਵੀ ਪੰਜ ਸਾਲੀ ਆਪਾਂ ਆਪੇ ਕੰਡੇ ਬੀਜੇ ਬੱਤੀ ਲਾਲ ਜਦੋਂ ਲੰਘੇ ਸਾਡੇ ਮਾਰਦੀ ਹੈ ਡੰਡੇ ਪੰਜ ਸਾਲ ਉਹਦਾ ਮਤਲਬ ਪਤਾ ਕਿ ਬੱਤੀ ਲਾਲ ਜੋ ਲੰਘੇ ਸਾਡੇ ਮਾਰਦੇ ਡੰਡੇ ਹੁਣ ਜੇ ਲਾਲ ਬੱਤੀ ਲੰਘਦੀ ਉਹ ਕੋਈ ਸੜਕ ਤੇ ਜਾਂਦਾ ਜੇ ਕੋਈ ਸੜਕ ਤੇ ਜਾਊਗਾ ਤਾਂ ਉਹਦੇ ਡਾਂਗ ਫਿਰੂਗੇ ਉਹ ਦੇਖਿਆ ਹੋਣਾ ਵੀ ਕਿੱਦਾਂ ਸਾਈਡ ਤੇ ਕਰਦੇ ਸਾਈਡ ਤੇ ਸਾਰਿਆਂ ਨੂੰ ਪਤਾ ਨੀ ਕਿੱਥੇ ਹੁੰਦਾ ਜਿਹਨੇ ਆਉਣਾ ਹੁੰਦਾ ਸਾਰਿਆਂ ਨੂੰ ਪਹਿਲੇ ਰੋਡ ਖਾਲੀ ਹੋਏ ਜੇ ਕੋਈ ਮੂਹਰੇ ਆ ਗਿਆ ਤਾਂ ਡੰਗ ਇਹ ਉਹੀ ਲੋਕ ਹੁੰਦੇ ਆ ਜਿਹਨਾਂ ਨੂੰ ਅਸੀਂ ਵੋਟਾਂ ਪਾਈਆਂ ਹੁੰਦੀਆਂ ਹਨਾ 5 ਸਾਲਾਂ ਲਈ ਆਪਾਂ ਆਪੇ ਬੀਜ ਲੈਂਦੇ ਆਪਾਂ ਵੀ ਕੰਡੇ ਵਿੱਚ ਹੋਇਆ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਕੀ ਬਾਤ ਇਹ ਆਪਾਂ ਆਪੇ ਬੀਜੇ ਇਹ ਕੰਡੇ ਸਰਕਾਰ ਨੂੰ ਪੱਕਾ ਟਾਰਗੇਟ ਕਰਨੇ ਆ ਕਰਜ਼ੇ ਦੀ ਮਹਾਰ ਇੱਕ ਲੋਟੂ ਸਰਕਾਰ ਨਹੀਂ ਉਹ ਛੱਲੀਆਂ ਖਵਾਇਆ ਕਰਦੀਆਂ ਟਾਂਡੀਆਂ ਉੱਚੀਆਂ ਕਰਜ਼ੇ ਦੀ ਮਾਇਆ ਕੋਲ ਲੋਟੂ ਸਰਕਾਰ ਦੇ ਹੀ ਗੱਲ ਇਹ ਲੋਟੂ ਸਰਕਾਰ ਆ ਨਾ
ਆਪਣੇ ਸੁਰੇ ਸਰਕਾਰਾਂ ਚੱਲਦੀਆਂ ਨੇ ਜਿਹੜਾ ਟੈਕਸ ਵਗੈਰਾ ਭਰਦੇ ਆ ਪੇ ਕਰਦੇ ਆ ਉਹਦੇ ਨਾਲ ਹੀ ਤਨਖਾਹ ਮਿਲਦੀ ਆ। ਬਣਾਈਆਂ ਦਿੱਤੀਆਂ ਹੋਣੀਆਂ ਵੀ ਬਹੁਤ ਬਣਾਈਆਂ ਹੋਈ ਪੂਰੀ ਕਰਕੇ ਬਲੌਂਗ ਵਾਸਤੇ ਨਹੀਂ ਮਾਨ ਸਾਹਿਬ ਦੇ ਜਿੰਨੇ ਮੂਵੀ ਦੇਖੇ ਆ ਕਦੇ ਵੀ ਇਹਨਾਂ ਦਾ ਵਿਆਹ ਨਹੀਂ ਹੋਇਆ ਹਨਾ ਕਿਸੇ ਮੂਵੀ 'ਚ। ਨਹੀਂ ਤਾਂ ਅੱਜ ਕੱਲ੍ਹ ਜਿਹੜੀਆਂ ਮੂਵੀ ਆਉਂਦੀਆਂ ਨੇ ਵਿਆਹ ਪਿੱਛੇ ਹੀ ਮੂਵੀ ਹੋਈ ਪਹਿਲਾਂ ਹੀ ਵਿਆਹ ਹੋ ਜਾਂਦਾ ਫਿਰ ਵਿਆਹ ਦੀ ਸਟੋਰੀ ਚੱਲਦੀ ਰਹਿੰਦੀ ਆ ਪਰ ਇਹਨਾਂ ਦੀ ਜਗ੍ਹਾ ਵਿਆਹ ਹੋਗਾ ਸਸਪੈਂਸ ਕੋਈ ਹੁੰਦਾ ਨਹੀਂ ਪਹਿਲੀ ਆਡੀਅੰਸ ਨੂੰ ਪਤਾ ਹੁੰਦਾ ਤੇ ਮਾਨ ਸਾਹਿਬ ਦੀ ਉਹ ਇੱਕ ਮੂਵੀ 'ਚ ਤਾਂ ਹੀਰੋਇਨ ਦੀ ਡੈਥ ਹੋ ਜਾਂਦੀ ਆ ਮਰਜ਼ੀ ਦੀ ਗੋਲੀ ਵੱਜਦੀ ਉਹਦੇ ਤੇ ਇਹਦੇ 'ਚ ਬਾਜ਼ ਦੇ ਵਿੱਚ ਵੀ ਇਦਾਂ ਹੀ ਹੁੰਦਾ ਇਹਦੇ 'ਚ ਵੀ ਉਹ ਜੋ ਕੁੜੀ ਧੋਖਾ ਦੇ ਜਾਂਦੀ ਆ ਗਲਤ MMS ਵਗੈਰਾ ਹੁੰਦਾ ਉਹਦਾ ਚੱਕਰ ਤੇ ਉਦੋਂ ਬਾਅਦ ਮਾਨ ਸਾਹਿਬ ਉਹਦੇ ਕੋਲ ਦੀ ਲੰਘ ਜਾਂਦਾ ਵੀ ਬਈ ਮਤਲਬ ਇਗਨੋਰ ਕਰ ਹਾਂ ਇਗਨੋਰ ਕਰ ਦਿੰਦੇ ਮਤਲਬ ਵਿਆਹ ਨਹੀਂ ਹੋਇਆ ਮਤਲਬ ਕਿਸੇ ਵੀ ਮੂਵੀ 'ਚ ਨਾ ਮਤਲਬ ਉਹ ਚੀਜ਼ ਬਹੁਤ ਵਧੀਆ ਸੀ ਵਧੀਆ ਉਹ ਸਸਪੈਂਸ ਦੇ ਬੰਦੇ ਨੂੰ ਪਤਾ ਲੱਗਦਾ ਯਾਰ ਕਿਆ ਬਾਤ ਆ ਬਿਲਕੁਲ ਡਿਫਰੈਂਟ ਕੰਮ ਆ ਨਾ bicycle better than a car I'm proud to be a villager and a buffet star main hada cycle lo ohde naal better as car naal bicycle better than a car I'm proud to be a villager and a buffet star tanke haath ujde gadina de suhag sutt pendiyan sandookha ole uparandiyan uchiyan uchiyan hi maar thande supne na dekh jadon ਇੰਗਲਿਸ਼ ਵਰਲਡ ਆਏ ਸੀਗੇ ਹੁਣ ਤੱਕ ਜੇ ਕੋਈ ਰੈਪ ਹੀ ਆਉਂਦਾ ਸਿਰਫ ਮਤਲਬ ਇਹਦੇ ਰੂਪ ਵਿੱਚ ਕਦੇ ਵੀ ਏਦਾਂ ਸੌਂਗ ਨਹੀਂ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਤੇ ਮਾਨ ਸਾਹਿਬ ਨੇ ਆਪ ਹੀ ਉਹ ਚੀਜ਼ ਲਿਖ ਕੇ ਦੇਖੋ ਹਰ ਇੱਕ ਵਿਸ਼ੇ ਦਾ ਹਰ ਇੱਕ ਮੈਟਰ ਤੇ ਹਰ ਇੱਕ ਤਰ੍ਹਾਂ ਦਾ ਗਾਣਾ ਮਾਨ ਸਾਹਿਬ ਨੇ ਗਾਇਆ ਤੁਸੀਂ ਕੋਈ ਸਿੰਗਰ ਦੱਸ ਦਿਓ ਵੀ ਜਿਹਨੇ ਹਰ ਇੱਕ ਮੈਟਰ ਤੇ ਗਾਇਆ ਹੋਵੇ ਸਹੀ ਗੱਲ ਹੈ ਬਿਲਕੁਲ ਕੁਛ ਨਾ ਕੁਛ ਰਹਿ ਹੀ ਜਾਂਦਾ ਫਿਰ ਵੀ ਰਾਈਟਰ ਜਿਹੜੇ ਅੱਜ ਕੱਲ੍ਹ ਦੇ ਪਰ ਮਾਨ ਸਾਹਿਬ ਹਰ ਇੱਕ ਅੰਤਰੇ ਦੇ ਵਿੱਚ ਕੁਛ ਨਾ ਕੁਛ ਛੱਡ ਹੀ ਜਾਂਦੇ ਆ ਛਵੀ ਵੀ ਆ ਇਦਾਂ ਹੁੰਦਾ ਸਹੀ ਗੱਲ ਜਿੱਦਾਂ ਹੁਣ ਦੰਗਿਆਂ ਦੀ ਗੱਲ ਕਰਦੇ ਉਹਨਾਂ ਦਾ ਮਤਲਬ ਡਿਫਰੈਂਟ ਸਟਾਈਲ ਆ ਅੱਜ ਮਾਨ ਸਾਹਿਬ ਨੇ ਇੱਕ ਮੇਰਾ ਕੰਮ ਕਿਤਾਬ ਲਾਂਚ ਕੀਤੀ ਆ ਤੇ ਉਹ ਕਿਤਾਬ ਦੇ ਵਿੱਚ ਮਾਨ ਸਾਹਿਬ ਕਹਿੰਦੇ ਜਿਹੜੀ ਇਹਦੀ ਜਿੰਨੀ ਅਰਨਿੰਗ ਹੋਊਗੀ ਜਿੰਨਾ ਇਹਦਾ ਪੈਸਾ ਹੋਊਗਾ ਵੀ ਉਹ ਟਰੱਸਟ ਦੇ ਵਿੱਚ ਇੱਕ ਲੱਗੂਗਾ ਉਹ ਗਰੀਬਾਂ ਦੇ ਵਾਸਤੇ ਹੀ ਵਰਤਿਆ ਜਾਊਗਾ ਸਾਰਾ ਪੈਸਾ ਵੀ ਉਹਦੀ ਇਨਵੈਸਟਮੈਂਟ ਜਿਹੜੀ ਹੈਗੀ ਆ ਉਹ ਮੇਰੇ ਵੱਲੋਂ ਹੋਊਗੀ ਪਰ ਜਿਹੜੀ ਉਹਦੀ ਅਰਨਿੰਗ ਹੋਊਗੀ ਮਤਲਬ ਉਹਦਾ ਜਿਹੜਾ ਪੈਸਾ ਆਊਗਾ ਉਹਨਾਂ ਕੋਲ ਉਹਨਾਂ ਨੂੰ ਉਹਦੀ ਪਰਚੇਸ ਦੇ ਥਰੂ ਤੇ ਫਿਰ ਉਹ ਸਾਰਾ ਗਰੀਬਾਂ ਦੇ ਵਿੱਚ ਵੰਡਿਆ ਜਾਊਗਾ ਕਿੰਨੀ ਮਤਲਬ ਬੰਦੇ ਸੋਚ ਦੇਖੋ ਮਾਨ ਸਾਹਿਬ ਜੀ ਅੱਜ ਕੱਲ੍ਹ ਤਾਂ ਲੋਕ ਆਪਦੇ ਢਿੱਡ ਭਰਨ ਤੇ ਲੱਗੇ ਹੋਏ ਬਥੇਰਾ ਪੈਸਾ ਕਲਾਕਾਰਾਂ ਕੋਲ ਹਨਾ ਬਹੁਤ ਜ਼ਿਆਦਾ ਆ ਉਹਦੀ ਆਨਲਾਈਨ ਬੁਕਿੰਗ ਹੈਗੀ ਆ ਜੇ ਮੈਂ ਦੇਖੂੰਗਾ ਦੇਖਾਂਗੇ ਅਸੀਂ ਜੇ ਸਾਨੂੰ ਮਿਲਿਆ ਤੇ ਆਨਲਾਈਨ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਤੁਸੀਂ ਕਲਿੱਕ ਕਰਕੇ ਆਨਲਾਈਨ ਬੁਕਿੰਗ ਕਰਵਾ ਸਕਦੇ ਹਾਂ ਬਿਲਕੁਲ ਚਲੋ ਠੀਕ ਹੈ ਜੇ ਕੋਈ ਇਦਾਂ ਕੋਈ ਸਟੈਪ ਚੱਕਦਾ ਉਹਦੀ ਸਪੋਰਟ ਕਰਨ ਜਿਹਦੇ ਬਿਲਕੁਲ ਚਾਹੇ ਕੋਈ ਵੀ ਬੰਦਾ ਹੋਵੇ ਹਨਾ ਚਲੋ ਫਿਰ ਮਿਲਦੇ ਅਗਲੀ ਵਾਰ ਜਿਹਦੇ ਸੌਂਗ ਬਹੁਤ ਵਧੀਆ ਲੱਗਿਆ ਜੀ ਦੇਖੋ ਦੰਗਿਆਂ ਦੀ ਵੀ ਗੱਲ ਕੀਤੀ ਉਹਨਾਂ ਦੰਗਿਆਂ ਦੀ ਅੱਜ ਤੱਕ ਕਿਸੇ ਵੀ ਗੱਲ ਨਹੀਂ ਹੋਈ ਨਾ ਬਈ ਉਹਨਾਂ ਬਾਰੇ ਗੱਲ ਕੀਤੀ ਜਿਹੜੇ ਫੌਜ ਮਤਲਬ ਬੇਚਾਰੇ ਸ਼ਹੀਦ ਹੋ ਗਏ ਕਹਿ ਲਓ ਮਿਲਦੇ ਫਿਰ ਅਗਲੀ ਵੀਡੀਓ ਜੀ ਦੋਸਤੋ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਜੇ ਕੋਈ ਹੋਰ ਸੌਂਗ 'ਤੇ ਰਿਐਕਸ਼ਨ ਦਿੰਦਾ ਕਮੈਂਟ 'ਤੇ ਜ਼ਰੂਰ ਦੱਸਿਓ ਅਤੇ ਮਿਲਦੇ ਫਿਰ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ।